ਭਾਈ ਮੈਂ ਮੰਨਦਾ ਲੱਖ ਬੋਰਿੰਗ ਹੈ, ਮੈਂ ਮੰਨਦਾ ਸਭ ਕੁਛ ਬੋਰਿੰਗ ਹੈ, ਪਰ ਤੁਸੀਂ ਮੇਰੀ ਵੀਡੀਓ ਨੂੰ 10 ਮਿੰਟ ਬਹਿ ਕੇ ਦੇਖ ਲਓ, ਜੇ ਬੋਰਿੰਗ ਤੋਂ ਇੰਟਰਸਟਿੰਗ ਨਾ ਬਣ ਗਿਆ ਛੱਡ ਕੇ ਵਗ ਜਿਓ। ਅਤੇ ਸਭ ਤੋਂ ਪਹਿਲੀ ਅਤੇ ਮਾੜੀ ਚੀਜ਼ ਜਿਹੜੀ ਬੱਚੇ ਕਰਦੇ ਆ ਉਹ ਮਾਰਦੇ ਆ ਤੁੱਕਾ। ਕਲਿੱਪਰਸ ਨੇ ਜਿਹੜੇ, ਸਲਿੱਪਰ ਨਹੀਂ ਖਾਸ ਮੋਹ, ਕਲਿੱਪਰ ਕਲਿੱਪਰ ਸਲਿੱਪਰ ਹਰ ਟਾਈਮ ਸਲਿੱਪਰ। ਬ੍ਰਿਟੇਨ ਅਤੇ ਚਾਈਨਾ 'ਚ ਅਪਰੋਕਸੀਮੇਟਲੀ 2 ਮਹੀਨੇ। ਐਂਸਰ ਇਸ ਕਿ ਸੁਣਿਆ ਨੇ ਨਾ, ਹਾਂ ਐਕੂਰੇਟ ਐਂਸਰ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਗੱਲ, ਦਿਖ ਨਹੀਂ ਰਿਹਾ, ਇਹ ਹੁਣ ਦਿਖ ਰਹੇ ਹਾਂ। ਆਹ ਦੇਖੋ ਆਹ ਕਲਰ, ਜੇ ਮੈਨੂੰ ਲੱਗਦਾ ਵਧੀਆ ਲੱਗਦਾ ਨਾ, ਫਰੰਟ ਤੋਂ ਕਾਲਾ ਇੱਕ ਸਾਈਡ ਤੋਂ ਮੈਂ ਇਹ, ਅੱਛਾ ਅੱਛਾ ਹੋਰ ਚਾਹੀਦਾ। ਸ਼ੇਖੋ ਜਿੰਨੇ ਮਰਜ਼ੀ ਗੋਰੇ ਕਰ ਲਓ, ਕਾਲੇ ਕਰ ਲਓ, ਐਕਚੁਲੀ ਸਾਡੇ ਕੋਲ ਲਾਈਟਾਂ ਬੜੀਆਂ ਤਕੜੀਆਂ ਨੇ। ਕਿਵੇਂ ਹੋ, ਠੀਕ ਠਾਕ ਹੋ? ਹਾਸੇ ਮਜ਼ਾਕ ਦੀਆਂ ਗੱਲਾਂ 'ਚ ਸਾਰਿਆਂ ਨੂੰ ਪਹਿਲਾਂ ਮੈਂ ਇਨਫੋਰਮ ਕਰਨ ਲੱਗੀ ਹਾਂ ਕਿ ਮੈਂ ਆ ਰਿਹਾ ਬ੍ਰੈਂਪਟਨ ਇਸ ਮਾਰਚ, ਅਤੇ ਮੈਂ ਉਮੀਦ ਕਰੂੰਗਾ ਜਿੰਨੇ ਮੇਰੇ ਸਟੂਡੈਂਟ ਮੇਰੇ ਕੋਲ ਔਨਲਾਈਨ ਆਫਲਾਈਨ ਜਾਂ ਜਿੰਨੇ ਵੀ ਮੇਰੇ ਕੋਲ ਬੱਚੇ ਪੜ੍ਹ ਕੇ ਆਪਦੀ ਜ਼ਿੰਦਗੀ ਬਣਾ ਕੇ ਬੈਠੇ ਆ, ਤਾਂ ਮੈਨੂੰ ਜ਼ਰੂਰ ਮਿਲਿਓ। ਬ੍ਰੈਂਪਟਨ ਅਤੇ ਸਰੀ ਆ 2 ਜਗ੍ਹਾ 'ਤੇ ਮੈਂ 1 ਮਹੀਨੇ ਦੇ ਵਿੱਚ 15-15 ਦਿਨ ਆਊਂਗਾ, ਅਤੇ ਕੋਂਟੈਕਟ ਕਰੀਓ ਅਤੇ ਆਪਾਂ ਸਾਰੇ ਸੱਜਣ ਮਿੱਤਰਾਂ ਨੂੰ ਜਿੰਨਾ ਵੱਧ ਤੋਂ ਵੱਧ ਹੋਇਆ ਮਿਲਾਂਗੇ, ਅਤੇ ਬਹਿ ਕੇ ਤੁਹਾਡੇ ਨਾਲ ਕੌਫੀਆਂ ਸਾਂਝੀਆਂ ਕਰਾਂਗੇ, ਠੀਕ ਆ? ਤਾਂ ਅੱਜ ਦੇ ਟੌਪਿਕ ਦੇ ਵਿੱਚ ਮੈਂ ਤੁਹਾਨੂੰ ਕੀ ਪੜ੍ਹਾਊਂਗਾ, ਬੜਾ ਵਧੀਆ, ਟ੍ਰੂ ਫਾਲਸ ਅਤੇ ਨੋਟ ਗਿਵਨ। ਅਤੇ ਸਾਰੇ ਸਟੂਡੈਂਟ ਨੂੰ ਮੈਂ ਇੱਕ ਗੱਲ ਬੜੀ ਕਲੀਅਰ ਕਰਦਾ, ਪੜ੍ਹਾਈ ਮੈਂ ਮੰਨਦਾ ਲੱਖ ਬੋਰਿੰਗ ਹੈ, ਮੈਂ ਮੰਨਦਾ ਸਭ ਕੁਛ ਬੋਰਿੰਗ ਹੈ, ਪਰ ਤੁਸੀਂ ਮੇਰੀ ਵੀਡੀਓ ਨੂੰ 10 ਮਿੰਟ ਬਹਿ ਕੇ ਦੇਖ ਲਓ, ਜੇ ਬੋਰਿੰਗ ਤੋਂ ਇੰਟਰਸਟਿੰਗ ਨਾ ਬਣ ਗਿਆ ਛੱਡ ਕੇ ਵਗ ਜਿਓ। ਜਿਹੜੇ ਬੱਚੇ ਹੱਥ ਐਵੇਂ ਉੱਪਰ ਚੱਕੀ ਬੈਠੇ, ਜਿਵੇਂ ਸਿੱਧੂ ਬਾਈ ਨਹੀਂ ਕਹਿੰਦਾ ਹੁੰਦਾ ਉਹਨੀਆਂ, ਵੀ ਸਿਰ ਉੱਤੋਂ ਲੰਘਣ ਫਲਾਈ ਕਰਕੇ, ਉਹ ਵਾਲੀਆਂ ਗੱਲਾਂ, ਵੀ ਮੈਂ ਉਹ ਫਲਾਈ ਨਹੀਂ ਹੋਣ ਦਿੰਦਾ ਹੈਗਾ, ਟੈਨਸ਼ਨ ਨਾ ਲਓ। ਹਮਾਰੇ ਪੜ੍ਹਾਉਣੇ ਕਾ ਤਰੀਕਾ ਥੋੜ੍ਹਾ ਸਾ ਔਰ ਹੈ, ਮਗਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਬਾਈ ਜੀ ਆਪ ਤੋਂ ਦਿਮਾਗ ਮੈਂ ਘੋਲ ਕੇ ਪਿਲਾ ਦਿੱਤੇ ਹੋ, ਫਿਰ ਆਪਾਂ ਫਿਰ ਦਿਮਾਗ 'ਚ ਘੋਲ ਕੇ ਪਿਆਉਣ ਵਾਲੀਆਂ ਹੀ ਗੱਲਾਂ ਕਰਾਂਗੇ, ਟੈਨਸ਼ਨ ਨਾ ਲਓ। ਪੜ੍ਹਾਈ ਨੂੰ ਇੰਨਾ ਕੱਬਾ ਬਣਾ ਦੂੰਗਾ ਨਾ ਮੈਂ, ਤੁਸੀਂ ਯਾਦ ਰੱਖੋਗੇ, ਠੀਕ ਹੈ? ਕਹੇ ਟਾਈਮ ਬੈਠੇ ਜਦੋਂ ਫਿਰ ਟਰਾਲਾ ਚਲਾ ਰਹੇ ਹੋਵੋਗੇ ਨਾ ਕਦੇ ਕਨੇਡਾ 'ਚ ਪੱਕੇ ਹੋਏ, ਫਿਰ ਕਹੋਗੇ ਵੀ ਉਹਦੀਆਂ ਵੀਡੀਓ ਦੇਖ ਕੇ ਆਇਆ ਸੀਗਾ। ਅਤੇ ਜਿੰਨੇ ਮੇਰੇ ਸੱਜਣ ਮਿੱਤਰ, ਮੈਨੂੰ ਨਾ ਇੱਕ ਨਾ ਥੋੜ੍ਹਾ ਲਾਈਕ ਏਜਡ ਬੰਦੇ ਨਹੀਂ ਹੁੰਦੇ ਜਿਹੜੇ ਜਿਵੇਂ 40, 44, 45 ਆਹ ਏਜ ਦੇ ਜਿਹੜੇ ਹੈਗੇ ਆ ਪੀਪਲ ਨੇ, ਉਹ ਮੈਨੂੰ ਫੋਨ ਕਰਕੇ ਇਹ ਗੱਲ ਕਹਿੰਦੇ ਆ ਵੀ ਅਸੀਂ ਆਸ ਛੱਡਤੀ ਸੀ ਪੜ੍ਹਨ ਦੀ, ਪਰ ਤੇਰੀਆਂ ਵੀਡੀਓ ਨੇ ਜਗਾਤੀ। ਤੁਸੀਂ ਯਕੀਨ ਕਰੋ, ਉਹਨਾਂ ਦੇ ਆਹ ਸ਼ਬਦ ਨਾ ਗੂਸ ਬੰਪਸ ਦੇ ਦਿੰਦੇ ਆ, ਅਤੇ ਮੈਨੂੰ ਇਹ ਹੁੰਦਾ ਕਿ ਮੈਂ ਸਾਰਿਆਂ ਲਈ ਮੈਂ ਇੰਨਾ ਕਮਾਲ ਦਾ ਪੜ੍ਹਾਵਾਂ, ਤੁਹਾਨੂੰ ਲੱਗੇ ਵੀ ਯਾਰ ਰਮਨ ਤੂੰ ਸਾਡੇ ਲਈ ਕੁਛ ਕਰ ਰਿਹਾ, ਮਤਲਬ ਕੁਛ ਵੀ, ਜਿੰਨਾ ਕੁ ਵੀ ਮੈਥੋਂ ਹੁੰਦਾ ਮੈਂ ਆਪਦਾ ਬੈਸਟ ਦਿੰਦਾ, ਠੀਕ ਆ? ਅੱਜ ਦੇ ਟੌਪਿਕ ਦੇ ਵਿੱਚ ਮੈਂ ਤੁਹਾਨੂੰ ਪੜ੍ਹਾਉਣ ਲੱਗਿਆ, ਬੜੀ ਤੁਹਾਡੇ ਅੱਗੇ ਆਹ ਆਪਸ਼ਨਸ ਨੇ, ਪਲੀਜ਼ ਚੈੱਕ ਕਰ ਲਓ। ਦਿਸ ਇਜ਼ ਮਾਈ ਕਲਾਸ ਟੂਡੇ, ਟ੍ਰੂ ਫਾਲਸ ਐਂਡ ਨੋਟ ਗਿਵਨ। ਅਤੇ ਸਭ ਤੋਂ ਪਹਿਲੀ ਅਤੇ ਮਾੜੀ ਚੀਜ਼ ਜਿਹੜੀ ਬੱਚੇ ਕਰਦੇ ਆ ਉਹ ਮਾਰਦੇ ਆ ਤੁੱਕਾ। ਤੁੱਕਾ ਸਮਝਦੇ ਹੋ ਨਾ, ਜਿਵੇਂ ਜੈ ਮਾਤਾ ਦੀ, ਹੇ ਟ੍ਰੂ, ਹੇ ਬਾਬੇ ਦੀ, ਸਾਡੇ ਬਾਬੇ ਕਰਨੀ ਵਾਲੇ ਫਾਲਸ, ਮਤਲਬ ਐਵੇਂ ਨਹੀਂ ਯਾਰ, ਠੀਕ ਆ? ਆਸਥਾ ਅਤੇ ਟੀਚਿੰਗ ਇੱਕ ਅਲੱਗ ਅਲੱਗ ਆਸਪੈਕਟ ਨੇ, ਅਤੇ ਮੈਂ ਚਾਹੁੰਦਾ ਮੇਰੇ ਪਿਆਰੇ ਆਪਾਂ ਨੂੰ ਇਹਨੂੰ ਪੜ੍ਹ ਕੇ ਕਰਨਾ ਚਾਹੀਦਾ, ਤੁੱਕੇ ਨਹੀਂ ਮਾਰਨੇ ਚਾਹੀਦੇ, ਠੀਕ ਹੈ ਨਾ? ਅਤੇ ਬਾਬਾ ਜੀ ਉੱਪਰ ਇੰਨੇ ਬਿਜ਼ੀ ਨੇਗੇ, ਉਹਨਾਂ ਨੂੰ ਇਹੋ ਜਿਹੇ ਕੰਮਾਂ 'ਤੇ ਨਾ ਲਾਓ ਵਿਚਾਰਿਆਂ ਨੂੰ, ਉਹਨਾਂ ਨੂੰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਰੱਖੋ, ਦੈਟਸ ਇਟ, ਠੀਕ ਆ? ਅਤੇ ਅੱਜ ਮੈਂ ਤੁਹਾਨੂੰ ਕੀ ਪੜ੍ਹਾਊਂਗਾ, ਟ੍ਰੂ ਫਾਲਸ ਅਤੇ ਨੋਟ ਗਿਵਨ। ਬਿਲਕੁਲ ਗੱਲ ਮੈਚ ਕਰ ਗਈ ਤਾਂ ਐਂਸਰ ਆ ਗਿਆ ਟ੍ਰੂ, ਬਿਲਕੁਲ ਓਪੋਜ਼ਿਟ ਗੱਲ ਹੋ ਗਈ ਐਂਸਰ ਆ ਗਿਆ ਫਾਲਸ, ਅਤੇ ਉਸ ਟੋਪਿਕ ਦੇ ਬਾਰੇ ਗੱਲ ਹੀ ਨਹੀਂ ਕਰੀ ਤਾਂ ਐਂਸਰ ਆ ਗਿਆ ਨੋਟ ਗਿਵਨ। ਤਾਂ ਅੱਜ ਮੈਂ ਕਿਵੇਂ ਪੜ੍ਹਾਊਂਗਾ,
ਅਤੇ ਤੁਹਾਨੂੰ ਬੈਸਟ ਬਣਾਉਣ ਦੇ ਲਈ ਮੈਂ ਕੀ ਕੀਤਾ ਕੀ ਕੀਤਾ ਕੀ ਕੀਤਾ ਯਾ ਕੀਤਾ ਮੈਂ ਨੀਚੇ ਕੁਸ਼ਚਨ ਉੱਪਰ ਲੋਕੇਸ਼ਨ ਤਾਂ ਕਿ ਮੈਂ ਤੁਹਾਨੂੰ ਨਾਲ ਦੀ ਨਾਲ ਮੈਚ ਕਰਾਵਾਂ ਅਤੇ ਇੰਨਾ ਇੰਟਰਸਟ ਕਿਆ ਬਾਤ ਹੈ ਨਾ। ਚਲੋ ਪਹਿਲਾ ਕੁਸ਼ਚਨ ਤਾਂ ਮੈਂ ਥੋੜ੍ਹਾ ਖਿੱਚ ਕੇ ਪੜ੍ਹਾਊਂਗਾ ਕਿਉਂਕਿ ਪਹਿਲਾਂ ਮੈਂ 20 ਮਿੰਟ ਬੋਲ ਕੇ ਹਟ ਗਿਆ, ਰਿਕਾਰਡਿੰਗ ਬੰਦ ਹੋ ਗਈ। ਕਲਿੱਪਰਸ ਨੇ ਜਿਹੜੇ ਸਲਿੱਪਰ ਨਹੀਂ ਖਾਸ ਮੋਹ ਕਲਿੱਪਰ ਕਲਿੱਪਰ ਸਲਿੱਪਰ ਹਰ ਟਾਈਮ ਸਲਿੱਪਰ ਹੈ ਨਾ। ਮੇਰੀ ਇੱਕ ਫਰੈਂਡ ਆ ਰੈਕਲ, ਮੈਨੂੰ ਰੋਜ਼ ਕਹਿੰਦੇ ਵੀ ਤੂੰ ਮੇਰੇ ਜੁੱਤੀਆਂ ਨਹੀਂ ਪਵਾ ਕੇ ਲਿਆਉਂਦਾ, ਜੁੱਤੀਆਂ ਨਹੀਂ ਪਵਾ ਕੇ ਲਿਆਉਂਦਾ। ਮੈਂ ਖੜਜਾ ਤੈਨੂੰ ਪੰਜਾਬੀ 'ਚ ਨਾ ਤੇਰੇ ਜੁੱਤੀਆਂ ਹੀ ਪਵਾਊਂਗਾ, ਖੜਜਾ ਜਿੱਦੇ ਪਵਾਈਆਂ। ਕਹਿੰਦਾ ਜਿਹੜੇ ਕਲਿੱਪਰਸ ਨੇ ਨਾ ਓਰਿਜਿਨਲੀ ਉਹਨਾਂ ਦਾ ਜਿਹੜਾ ਮੇਨ ਕੰਮ ਹੈ, ਯੂਜ਼ ਕੀਤਾ ਜਾਂਦਾ ਕੀ ਕੀਤਾ ਜਾਂਦਾ ਐਜ਼ ਆ ਪਸੈਂਜਰਸ਼ਿਪ ਉਹਨਾਂ ਨੂੰ ਸਮਝਿਆ ਜਾਂਦਾ। ਕਹਿਣ ਦਾ ਸੌਖਾ ਜਿਹਾ ਮਤਲਬ ਹੈ ਵੀ ਜਿਹੜੇ ਕਲਿੱਪਰ ਨੇ ਉਹਨਾਂ ਦਾ ਮੇਨ ਕੰਮ ਹੈ ਉਹ ਵਰਤਿਆ ਜਾਂਦਾ ਕਾਹਦੇ ਲਈ, ਪਸੈਂਜਰਸ਼ਿਪ ਲੋਕਾਂ ਨੂੰ ਇੱਧਰ ਉੱਧਰ ਲੈ ਕੇ ਜਾਣ ਲਈ। ਲੋਕੇਸ਼ਨ 'ਤੇ ਪਹਿਲੀ ਚੀਜ਼ ਕਲਿੱਪਰ, ਆ ਪਿਆ ਕਲਿੱਪਰ, ਲੋਕੇਸ਼ਨ 'ਤੇ ਦੂਜੀ ਚੀਜ਼ ਪਸੈਂਜਰ, ਆ ਪਿਆ ਪਸੈਂਜਰ। ਮੈਂ ਇਹ ਦੇਖਣਾ ਕਿ ਕਲਿੱਪਰ ਦਾ ਮੇਨ ਕੰਮ ਪਸੈਂਜਰ ਨੂੰ ਲੈ ਕੇ ਜਾਣਾ। ਕਹਿੰਦਾ ਜਿਹੜੀ ਫਾਸਟੈਸਟ ਕਮਰਸ਼ੀਅਲ ਸੇਲਿੰਗ ਵੈਸਲ ਹੈ ਨਾ ਆਲ ਦਾ ਟਾਈਮ, ਉਹ ਹੈ ਕਲਿੱਪਰ। ਸਭ ਤੋਂ ਤੇਜ਼ ਕਮਰਸ਼ੀਅਲ ਸੇਲਿੰਗ, ਸੇਲ ਉਹ ਨਹੀਂ ਹੈਗੀ ਵੀ ਦਸ ਕਾ ਦੋ ਦਸ ਕਾ ਦੋ, ਸਮਾਨ ਵਾਲੀ ਸੇਲ ਨਹੀਂ ਹੈਗੀ। ਇਹ ਸੇਲਿੰਗ ਕਿਹੜੀ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਸਮਾਨ ਲੈ ਕੇ ਇੱਧਰ ਉੱਧਰ ਜਾਣਾ ਸਮੁੰਦਰ ਦੇ ਵਿੱਚ, ਤਾਂ ਉਹ ਸਭ ਤੋਂ ਜ਼ਿਆਦਾ ਕਾਹਦੇ ਨਾਲ ਜਾਂਦਾ ਸਮਾਨ? ਕਲਿੱਪਰ ਨਾਲ। 3 ਮਾਸਟਰਡ ਸ਼ਿਪ ਨੇ ਜਿਹੜੇ ਬਿਲਟ ਕੀਤੇ ਗਏ ਨੇ ਟਰਾਂਸਪੋਰਟ ਗੁੱਡਸ ਅਰਾਊਂਡ ਦਾ ਵਰਲਡ। 3 ਮਾਸਟਰਡ ਸ਼ਿਪ ਨੇ ਜਿਹੜੇ ਉਹ ਬਣਾਏ ਗਏ ਨੇ ਜਿਹੜੇ ਦੁਨੀਆਂ 'ਚ ਸਮਾਨ ਇੱਧਰ ਉੱਧਰ ਲੈ ਕੇ ਜਾਂਦੇ ਨੇ, ਅਤੇ ਕਦੇ ਕਦਾਈ ਇਹ ਕਦੇ ਬੰਦੇ ਨੂੰ ਵੀ ਲੈ ਕੇ ਜਾਂਦੇ ਨੇ। ਇਹ ਕਹਿੰਦੇ ਸੀ ਕਲਿੱਪਰ ਦਾ ਮੇਨ ਕੰਮ ਪਸੈਂਜਰ ਨੂੰ ਲੈ ਕੇ ਜਾਣਾ, ਫਿਰ ਇਹ ਕਹਿੰਦੇ ਕਲਿੱਪਰ ਦਾ ਮੇਨ ਕੰਮ ਤਾਂ ਭਾਈ ਪੂਰੀ ਦੁਨੀਆਂ 'ਚ ਸਮਾਨ ਲੈ ਕੇ ਜਾਣਾ, ਪਸੈਂਜਰ ਨੂੰ ਲੈ ਕੇ ਜਾਣਾ ਨਹੀਂ। ਐਕੂਰੇਟ ਆਂਸਰ ਕੀ ਆ ਗਿਆ? ਕੰਟਰਾਡਿਕਟ ਕਰ ਗਿਆ, ਐਂਸਰ ਇਜ਼ ਫਾਲਸ। ਅਤੇ ਜੇ ਤੁਸੀਂ ਵੀ ਇਹਨੂੰ ਫਾਲਸ ਸੋਚਿਆ ਤਾਂ ਤੁਸੀਂ ਆਇਲਸ ਸਟੂਡੈਂਟ ਹੋ, ਅਤੇ ਆਇਲਸ ਸਾਨੂੰ ਇੱਕ ਲੈਵਲ ਦੱਸ ਰਿਹਾ ਹੈਗਾ ਵੀ ਹਾਂ ਹੈਗੇ ਹੋਗੇ, ਠੀਕ ਹੈ ਨਾ। ਮਤਲਬ ਮੁੱਕ ਦੀ ਗੱਲ ਇੰਨੀ ਕਾ, ਐਂਸਰ ਲੱਭਣ ਲਈ ਕਲਿੱਪਰ ਚਾਹੀਦਾ ਸੀ, ਪਸੈਂਜਰ ਚਾਹੀਦਾ ਸੀਗਾ। ਉਹ ਕਹਿੰਦੇ ਵੀ ਕਲਿੱਪਰ ਪਸੈਂਜਰ ਨੂੰ ਮੇਨ ਲੈ ਕੇ ਜਾਂਦਾ, ਹਾਂ ਕਹਿੰਦੇ ਨਹੀਂ ਕਲਿੱਪਰ ਗੁੱਡਸ ਨੂੰ ਲੈ ਕੇ ਆਉਂਦੇ ਸਮਾਨ, ਟਰੱਕਾਂ ਦੇ ਉੱਤੇ ਨਹੀਂ ਲਿਖਿਆ ਹੁੰਦਾ ਗੁੱਡਸ ਕੈਰੀਅਰ, ਦੈਟਸ ਇਟ। ਤਾਂ ਹਮੇਸ਼ਾ ਏਜ ਇੱਕ ਨੰਬਰ ਹੈ, ਇਹ ਗੱਲ ਯਾਦ ਰੱਖਿਓ, ਕਿਸੇ ਵੀ ਉਮਰ 'ਚ ਆ ਕੇ ਤੁਸੀਂ ਇਹਨੂੰ ਸਿੱਖ ਸਕਦੇ ਹੋ, ਭਰੋਸਾ ਰੱਖੋ ਮੈਂ ਹੈਗਾ, ਠੀਕ ਹੈ। ਆਜੋ ਕੁਸ਼ਚਨ ਨੰਬਰ ਸੈਕਿੰਡ, ਕੁਸ਼ਚਨ ਨੰਬਰ ਸੈਕਿੰਡ ਹੇਅਰ ਕੀ ਆਉਂਦਾ ਹੈ? ਕਹਿੰਦਾ ਕਟੀ ਸਾਰਕ ਹੈ, ਹਾਂ ਕੌਣ ਕਟੀ ਇਹ ਨਹੀਂ ਮੈਨੂੰ ਪਤਾ, ਪਰ ਇਹ ਨਾਮ ਹੈ, ਠੀਕ ਹੈ। ਕਟੀ ਸਾਰਕਾ, ਉਹ ਜਿਹੜਾ ਕਟੀ ਸਾਰਕ ਨੇ ਗਿਵਨ ਕੀਤਾ ਨੇਮ, ਕਟੀ ਸਾਰਕ ਨੇ ਇੱਕ ਨਾਮ ਗਿਵਨ ਕੀਤਾ ਇੱਕ ਕਰੈਕਟਰ ਨੂੰ ਪੋਇਮ ਦੇ ਵਿੱਚ, ਵੈਰੀ ਨਾਈਸ। ਕਟੀ ਸਾਰਕ ਨੇ ਵਾਸ ਗਿਵਨ ਦਾ ਨੇਮ, ਉਹਨੇ ਇੱਕ ਨਾਮ ਗਿਵਨ ਕੀਤਾ ਕਿਹਨੂੰ? ਇੱਕ ਕਰੈਕਟਰ ਨੂੰ ਪੋਇਮ ਦੇ ਵਿੱਚ। ਐਂਸਰ ਨੂੰ ਲੱਭਣ ਦੇ ਲਈ ਪੋਇਮ ਚਾਹੀਦਾ ਸੀ ਆਚੀ, ਕਟੀ ਸਾਰਕ ਚਾਹੀਦਾ ਸੀ ਆਚੀ। ਹੁਣ ਮੈਂ ਇਹ ਦੇਖਣਾ ਕਿ ਕਟੀ ਸਾਰਕ ਨੇ ਕਿਸੇ ਕਰੈਕਟਰ ਨੂੰ ਨਾਮ ਦਿੱਤਾ, ਤਾਂ ਕਹਿੰਦਾ ਕਟੀ ਸਾਰਕ ਅਨਯੂਜ਼ੁਅਲ ਨੇਮ ਹੈ, ਇਹ ਕਮਜ਼ ਫਰੋਮ ਦਾ ਪੋਇਮ ਲੈ, ਦੱਸ ਕਰ ਲਓ ਗੱਲ। ਲੋਕੇਸ਼ਨ ਕਹਿੰਦੀ ਹੈ ਜਿਹੜਾ ਕਟੀ ਸਾਰਕ ਹੈ ਇਹ ਨਾਮ ਹੈ, ਇਹ ਕਿਸੇ ਪੋਇਮ ਦੇ ਵਿੱਚੋਂ ਨਿਕਲਿਆ ਸੀ। ਕੁਸ਼ਚਨ ਕਹਿੰਦਾ ਸੀ ਵੀ ਕਟੀ ਸਾਰਕ ਨੇ ਕਿਸੇ ਪੋਇਮ ਦੇ ਵਿੱਚ ਕਿਸੇ ਨੂੰ ਨਾਮ ਦਿੱਤਾ ਸੀ, ਕੰਟਰਾਡਿਕਟ ਅਗੇਨ ਐਂਸਰ ਕੀ ਆ ਗਿਆ? ਫਾਲਸ ਆ ਗਿਆ, ਕਿਉਂਕਿ ਕਟੀ ਸਾਰਕ ਹੈ ਜਿਹੜਾ ਉਹਨੇ ਨਾਮ ਦਿੱਤਾ ਨਹੀਂ ਸੀ, ਬਲਕਿ ਕਟੀ ਸਾਰਕ ਦਾ ਨਾਮ ਇਹ ਪੋਇਮ 'ਚੋਂ ਆਇਆ ਸੀ। ਦਿਸ ਇਜ਼ ਦਾ ਵੇ, ਐਕੂਰੇਟ ਐਂਸਰ ਹੈ ਫਾਲਸ। ਦੋ ਕੁਸ਼ਚਨ ਹੋ ਗਏ, ਦੋਨੇ ਫਾਲਸ, ਠੀਕ ਹੈ। ਤੀਜਾ ਅਤੇ ਸਭ ਤੋਂ ਕਮਾਲ ਦੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਵੀਡੀਓ ਹੈ ਇਹ ਸਪੋਂਸਰ ਕੀਤੀ ਗਈ ਹੈ ਬੀਬੀ ਕੋਡ ਆਈਐਲਸ ਐਪਲੀਕੇਸ਼ਨ ਨੇ। ਮੇਰਾ ਪ੍ਰੋਮੋ ਕੋਡ ਜ਼ਰੂਰ ਯਾਦ ਰੱਖਿਓ, Raman007। ਇਸ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰਕੇ ਆਪਣਾ ਆਈਐਲਸ ਐਗਜ਼ਾਮ ਘਰ ਬੈਠੇ ਕਲੀਅਰ ਕਰ ਸਕਦੇ ਹੋ, ਅਤੇ ਮੇਰੇ 'ਤੇ ਭਰੋਸਾ ਕਰੋ, ਸਾਰੇ ਦੇ ਸਾਰੇ ਮੋਡਿਊਲ ਇਸ ਐਪਲੀਕੇਸ਼ਨ 'ਤੇ ਵਿਦ ਬੈਂਡ ਸਕੋਰ ਤੁਹਾਨੂੰ ਮਿਲਣਗੇ। ਅਤੇ ਮੈਂ ਨਵੀਂ ਬੁੱਕ ਲਾਂਚ ਕਰ ਰਿਹਾ, ਮੇਰੀ ਤਾਂ ਇਸ ਐਪਲੀਕੇਸ਼ਨ 'ਤੇ ਮਿਲੂਗੀ। ਮੈਂ ਐਵੇਂ ਕਿਸੇ ਦੀ ਐਡ ਨਹੀਂ ਕਰਦਾ, ਜੇ ਮੇਰੇ ਵੱਡੇ ਭਰਾ ਨੇ ਅਤੇ ਕੋਈ ਐਜੂਕੇਸ਼ਨ ਦੀ ਐਡ ਹੈ
ਮੈਂ ਉਹੀ ਕਰੂੰਗਾ। ਕੋਈ ਕਹੇ ਬੰਦੇ ਨੂੰ ਜੂਆ ਪਲੇ ਗੇਮ ਜਾਂ ਕੋਈ ਨਸ਼ੇ ਨੁਸ਼ੇ ਦੀ ਐਡ ਤੁਹਾਨੂੰ ਪਤਾ ਅੱਜ ਤੱਕ ਨਾ ਕਰੀ ਆ, ਜੇ ਮੇਰੇ ਸ਼ਬਦਾਂ 'ਤੇ ਯਕੀਨ ਕਰਦੇ ਹੋ ਤਾਂ ਫੋਲੋ ਕਰੀਓ ਵੀਡੀਓ ਤੋਂ ਬਾਅਦ, ਮੇਰੇ ਡਿਸਕ੍ਰਿਪਸ਼ਨ 'ਚ ਲਿੰਕ ਪਿਆ, ਐਪ ਨੂੰ ਡਾਊਨਲੋਡ ਕਰੀਓ ਅਤੇ ਘਰ ਬੈਠੇ 399 ਰੁਪਏ ਮਹੀਨੇ ਚਾਇਲਸ ਕਰ ਲਿਓ। ਕਿਆ ਬਾਤ ਹੈ, ਵੀਜ਼ੇ ਵਾਲਾ ਵੀ ਦੱਸ ਦਾਂਗੇ ਕੋਈ ਆਪਣਾ ਖਾਸ ਬੰਦਾ, ਟੈਨਸ਼ਨ ਨਾ ਲਓ, ਠੀਕ ਹੈ। ਆ ਜਾਓ ਕੁਸ਼ਚਨ ਥਰਡ 'ਤੇ ਆਉਂਦੇ ਹਾਂ। ਜੌਨ ਵਿਲੀਜ਼ ਹੈ ਜਿਹੜਾ, ਉਹ ਚਾਹੁੰਦਾ ਸੀ ਵੀ ਕਟੀ ਸਾਰਕ ਫਾਸਟੈਸਟ ਟੀ ਕਲਿੱਪਰ ਬਣ ਜਾਏ, ਟਰੈਵਲ ਹੋਵੇ ਕਿੱਥੇ, ਯੂਕੇ ਅਤੇ ਚਾਈਨਾ 'ਚ। ਜੌਨ ਵਿਲੀਜ਼ ਚਾਹੁੰਦਾ ਸੀ ਕਟੀ ਸਾਰਕ ਬਹੁਤ ਤੇਜ਼ ਟੀ ਕਲਿੱਪਰ ਬਣੇ ਜਿਹੜਾ ਟਰੈਵਲ ਕਰੇ ਯੂਕੇ ਅਤੇ ਚਾਈਨਾ 'ਚ। ਯੂਕੇ ਦਾ ਮਤਲਬ ਬ੍ਰਿਟੇਨ, ਚਾਈਨਾ ਦਾ ਮਤਲਬ ਚਾਈਨਾ, ਜੌਨ ਵਿਲੀਜ਼ ਦਾ ਮਤਲਬ ਜੌਨ ਵਿਲੀਜ਼, ਟੀ ਟ੍ਰੇਡ ਆਪ ਹੈ, ਠੀਕ ਹੈ। ਅਤੇ ਹੁਣ ਆਪਾਂ ਇਹ ਦੇਖਣਾ ਵੀ ਕੀ ਉਹ ਚਾਹੁੰਦਾ ਸੀ ਵੀ ਕਟੀ ਸਾਰਕ ਦੁਨੀਆ ਦੀ ਤੇਜ਼ੀ ਨਾਲ ਜਾਵੇ। ਇਹ ਕਹਿੰਦਾ ਵਿਲੀਜ਼ ਦੀ ਜਿਹੜੀ ਕੰਪਨੀ ਹੈ ਉਹ ਐਕਟਿਵ ਸੀ ਕਾਹਦੇ 'ਚ, ਟੀ ਟ੍ਰੇਡ। ਹੁਣ ਆਪਾਂ ਨੂੰ ਪਤਾ ਲੱਗਿਆ ਵਿਲੀਜ਼ ਚਾਹ ਤਾਂ ਵੇਚਦਾ ਸੀਗਾ ਕਿੱਥੇ, ਚਾਈਨਾ ਅਤੇ ਬ੍ਰਿਟੇਨ 'ਚ। ਹੁਣ ਅਸੀਂ ਇਹ ਦੇਖਣਾ ਕੀ ਉਹ ਕਟੀ ਸਾਰਕ ਨੂੰ ਤੇਜ਼ ਬਣਾਉਣਾ ਚਾਹੁੰਦਾ ਸੀ। ਵੇਅਰ ਸਪੀਡ ਕੁੱਡ ਬ੍ਰਿੰਗ ਸ਼ਿਪ ਓਨਰ ਬੋਥ ਪ੍ਰੋਫਿਟ ਅਤੇ ਪ੍ਰਸਟਾਈਜ, ਜਿਹੜਾ ਸ਼ਿਪ ਹੈ ਨਾ, ਜਿਹੜਾ ਸ਼ਿਪ ਦਾ ਓਨਰ ਹੈ ਉਹਨੂੰ ਪ੍ਰੋਫਿਟ ਮਿਲਦਾ, ਨਾਮ ਮਿਲਦਾ ਜੇ ਉਹ ਬਹੁਤ ਤੇਜ਼ੀ ਨਾਲ ਚੱਲਦਾ। ਸੋ ਕਟੀ ਸਾਰਕ ਹੈ ਜਿਹੜਾ ਉਹਨੇ ਡਿਜ਼ਾਈਨ ਕਰਿਆ, ਕਿਹਨੇ, ਵਿਲੀਜ਼ ਨੇ ਕਟੀ ਸਾਰਕ ਨੂੰ ਡਿਜ਼ਾਈਨ ਕਰਵਾਇਆ ਕਾਹਦੇ ਪਿੱਛੇ, ਕਿ ਜਿਹੜੀ ਜਰਨੀ ਹੈ ਉਹ ਬਹੁਤ ਕੁਇਕਲੀ ਤੇਜ਼ੀ ਨਾਲ ਜਾਵੇ। ਤਾਂ ਐਂਸਰ ਬਿਲਕੁਲ 100% ਟਰੂ ਹੈਗਾ, ਕਿਉਂਕਿ ਜੌਨ ਵਿਲੀਜ਼ ਇਹ ਚਾਹੁੰਦਾ ਸੀ ਕਿ ਟੀ ਕਲਿੱਪਰ ਫਾਸਟੈਸਟ ਬਣ ਜਾਏ ਯੂਕੇ ਅਤੇ ਚਾਈਨਾ 'ਚ ਜਾਣ ਦੇ ਲਈ। ਅਤੇ ਇੱਧਰ ਉਹਨੇ ਵਿਲੀਜ਼ ਟੀ ਟ੍ਰੇਡ ਕਰਦਾ ਸੀ, ਹਾਂ ਯੂਕੇ ਦੀ ਜਗ੍ਹਾ 'ਤੇ ਬ੍ਰਿਟੇਨ ਦਿੱਤਾ ਹੋਇਆ, ਸਪੀਡ 'ਚ ਕੰਮ ਹੋਊਗਾ, ਸਿੱਧੀ ਜੀ ਗੱਲ ਹੈ। ਕਈ ਵਾਰ ਨਾ ਜਿਹੜੇ ਕੰਮ ਡਿਲੇ ਹੁੰਦੇ ਨੇ ਨਾ ਉਹ ਔਖੇ ਹੁੰਦੇ ਨੇ, ਸੋ ਕੰਮ ਨੂੰ ਡਿਲੇ ਨਾ ਕਰੋ, ਇਸ ਕਰਕੇ ਉਹਨੇ ਕੱਟੀ ਸਾਰ ਕੇ ਜਿਹੜਾ ਉਹ ਬਣਾਇਆ, ਤਾਂ ਅਗੇਨ ਮਤਲਬ 5-7 ਦਿਨਾਂ 'ਚ ਕੰਮ ਹੋ ਜੇ। ਚਲੋ ਕੁਸ਼ਚਨ ਨੰਬਰ 4 ਕੀ ਕਹਿੰਦਾ ਹੈਗਾ, ਕਹਿੰਦਾ ਜਿਹੜੇ ਸਟੀਮ ਸ਼ਿਪ ਨੇ ਨਾ, ਸਮ ਟਾਈਮ ਕਦੇ ਕਦੇ ਯੂਜ਼ ਕੀਤੇ ਜਾਂਦਾ ਸੀ ਉਹਦੇ ਦੁਆਰਾ ਓਸ਼ੀਅਨ ਰੂਟ ਟਰੈਵਲ ਕਰਨ ਦੇ ਲਈ ਲੰਡਨ ਅਤੇ ਚਾਈਨਾ। ਓਕੇ, ਸਟੀਮ ਸ਼ਿਪ ਜਦੋਂ ਲੰਡਨ ਅਤੇ ਚਾਈਨਾ ਜਾਂਦੀ ਸੀ ਤਾਂ ਕਦੇ ਕਦੇ ਓਸ਼ੀਅਨ ਦਾ ਰੂਟ ਵਰਤਦੀ ਸੀ। ਸਟੀਮ ਸ਼ਿਪ ਆ ਪਿਆ ਲੰਡਨ ਅਤੇ ਚਾਈਨਾ ਆ ਪਿਆ, ਲੰਡਨ ਦਾ ਬ੍ਰਿਟੇਨ ਆ ਗਿਆ, ਚਾਈਨਾ ਦਾ ਚਾਈਨਾ ਆ ਗਿਆ, ਤਾਂ ਕਹਿੰਦਾ ਸਟੀਮ ਸ਼ਿਪ ਨੇ ਰਿਡਿਊਸ ਕਰਤਾ ਸੀ ਆਪਣੇ ਜਰਨੀ ਟਾਈਮ ਨੂੰ ਬਿਟਵੀਨ ਬ੍ਰਿਟੇਨ ਅਤੇ ਚਾਈਨਾ 'ਚ ਅਪਰੋਕਸੀਮੇਟਲੀ 2 ਮਹੀਨੇ। ਐਂਸਰ ਇਸ ਕਿ ਸੁਣਿਆ ਨੇ ਨਾ, ਹਾਂ ਐਕੂਰੇਟ ਐਂਸਰ ਹੈ ਨੋਟ ਗਿਵਨ। ਅਤੇ ਜੇ ਨੋਟ ਗਿਵਨ ਕਹਿ ਕੇ ਤੁਹਾਡੇ ਦਿਲ 'ਚ ਕਰੰਟ ਆਇਆ ਹੋਵੇ ਨਾ, ਜੇ ਘੰਟੀ ਵੱਜੀ ਹੋਵੇ ਨਾ, ਅਤੇ ਜੇ ਘੰਟੀ ਵੱਜ ਗਈ ਨਾ ਦਿਲ 'ਚ, ਤਾਂ ਸਮਝ ਲਓ ਮਾਹੌਲ ਠੀਕ ਹੈ। ਤਾਂ ਕਹਿਣ ਦਾ ਮਤਲਬ ਹੈਗਾ ਕਿ ਇਹ ਮੂਡ ਸਵਿੰਗ 'ਤੇ ਨਹੀਂ ਕੰਮ ਚੱਲਦਾ, ਇਹ ਤਾਂ ਬਸ ਜਾਂ ਆਰ ਜਾਂ ਪਾਰ ਦੀ ਲੜਾਈ ਹੈ। ਸੋ ਮਿੱਤਰ ਪਿਆਰਿਓ, ਇਹਨੂੰ ਖਿੱਚ ਕੇ ਰੱਖੋ, ਮਾਹੌਲ ਠੰਡਾ ਨਹੀਂ ਹੋਣਾ ਚਾਹੀਦਾ। ਤਾਂ ਐਂਡ ਦਾ ਮਤਲਬ ਕੀ ਹੈ, ਐਂਸਰ ਨੋਟ ਗਿਵਨ ਕਿਉਂ ਆ ਗਿਆ, ਕਿਉਂਕਿ ਓਸ਼ੀਅਨ ਰੂਟ ਦੀ ਤਾਂ ਗੱਲ ਹੀ ਨਹੀਂ ਕਰੀ। ਸੋ ਦਿਸ ਵਾਜ਼ ਅ ਰੀਜ਼ਨ ਬੜੀਜ਼ ਕਿ ਨੋਟ ਗਿਵਨ ਕਦੋਂ ਆਉਂਦਾ ਹੈਗਾ, ਵੈਨ ਐਵਰ ਵੀ ਪੀਪਲ ਆਰ ਗੋਇੰਗ ਟੂ ਮੇਕ, ਹਾਫ ਮਿਲ ਗਿਆ ਹਾਫ ਨਹੀਂ ਮਿਲਿਆ, ਸਟੀਮ ਸ਼ਿਪ ਚਾਹੀਦਾ ਸੀ ਆਹ ਮਿਲ ਗਿਆ, ਸਟੀਮ ਸ਼ਿਪ ਤੋਂ ਬਾਅਦ ਬ੍ਰਿਟੇਨ ਅਤੇ ਚਾਈਨਾ ਚਾਹੀਦਾ ਸੀ ਉਹ ਆਹ ਮਿਲ ਗਿਆ, ਬਟ ਕਿਤੇ ਓਸ਼ੀਅਨ ਰੂਟ ਦੀ ਮੈਨੂੰ ਗੱਲ ਨਹੀਂ ਮਿਲੀ ਹੈਗੀ। ਦਿਸ ਇਜ਼ ਦ ਰੀਜ਼ਨ ਐਂਸਰ ਇਜ਼ ਨੋਟ ਗਿਵਨ। ਲਾਸਟ ਵਨ ਹੈਗਾ, 5th one, ਠੀਕ ਹੈ। ਅਤੇ ਰੱਬ ਕਰੇ ਇਸ ਵਾਰ ਰਿਕਾਰਡਿੰਗ ਚੱਲ ਰਹੀ ਹੋ, ਹੇ ਪਰਮਾਤਮਾ ਚੱਲ ਰਹੀ ਹੈਗੀ, ਬਹੁਤ ਪਹਿਲਾਂ ਪਿਛਲੀ ਵਾਰ ਬੰਦ ਹੋ ਗਈ ਸੀਗੀ। ਲਾਸਟ ਕੁਸ਼ਚਨ ਹੈ, ਕੈਪਟਨ ਵੁੱਡਗਟ ਹੈ ਉਹਨੇ ਕਟੀ ਸਾਰਕ ਨੂੰ ਰਿਸਕ 'ਚ ਪਾਤਾ ਸੀ, ਉਹ ਆਈਸਬਰਗ ਨੂੰ ਹਿੱਟ ਕਰਨ ਲੱਗੇ ਸੀ। ਹੁਣ ਆਪਾਂ ਇਹ ਦੇਖਣਾ ਜਿੱਥੇ ਕੈਪਟਨ ਵੁੱਡਗਟ ਹੋਵੇ, ਮੈਂ ਦੇਖਣਾ ਕਿ ਕਟੀ ਸਾਰਕ ਨੂੰ ਉਹਨੇ ਰਿਸਕ 'ਚ ਪਾਇਆ ਸੀ ਆਈਸਬਰਗ, ਆਈਸਬਰਗ ਕਿੱਥੇ ਆ ਰਿਹਾ, ਠੀਕ ਹੈ। ਕੈਪਟਨ ਵੁੱਡਗਟ ਕਿੱਥੇ ਆ ਰਹੀ, ਵੁੱਡਗਟ
ਕਹਿੰਦੀ ਵੁੱਡਗਟ ਨੇ ਟੁੱਕ ਹਰ ਫਰਦਰ ਸਾਊਥ, ਉਹਨੇ ਸਾਊਥ ਵਾਲੇ ਪਾਸੇ ਥੋੜ੍ਹਾ ਜ਼ਿਆਦਾ ਮੋੜ ਲਿਆ ਦੈਨ ਐਨੀ ਪ੍ਰੀਵੀਅਸ ਕੈਪਟਨ, ਕਿਸੇ ਕੈਪਟਨ ਨੇ ਐਵੇਂ ਨਹੀਂ ਮੋੜਿਆ ਸੀਗਾ। ਬਰਿੰਗਿੰਗ ਹਰ ਡੇਂਜਰਸਲੀ ਕਲੋਜ਼ ਟੂ ਆਈਸਬਰਗ, ਅਤੇ ਉਹਨੇ ਜਹਾਜ਼ ਨੂੰ ਨਾ ਥੋੜ੍ਹਾ ਜ਼ਿਆਦਾ ਮੋੜਤਾ, ਅਤੇ ਜ਼ਿਆਦਾ ਮੋੜਤਾ ਦਾ ਮਤਲਬ ਡਾਰਲਿੰਗ ਇਹੀ ਹੈ ਕਿ ਉਹ ਆਈਸਬਰਗ ਦੇ ਵਿੱਚ ਵੱਜਣ ਵੱਜਣ ਵਾਲੇ ਰਹਿ ਗਏ ਸੀ, ਡੇਂਜਰਸਲੀ ਹੋ ਗਿਆ ਸੀ। ਕਹਿਣ ਦਾ ਮਤਲਬ ਆ ਕਿ ਜਿਹੜੀ ਵੁੱਡਗਟ ਹੈ ਉਹਨੇ ਰਿਸਕ ਚ ਪਾਇਆ ਸੀਗਾ ਆਈਸਬਰਗ ਚ, ਜਿਹੜਾ ਕੱਟੀ ਸਾਰ ਕੇ ਵੱਜਣ ਤੇ ਐਕੂਰੇਟ ਆਂਸਰ ਕੀ ਆ ਗਿਆ, ਟ੍ਰੂ। ਜੇ ਮੈਂ ਤੁਹਾਨੂੰ ਓਵਰਆਲ ਸਾਰੇ ਕੁਸ਼ਚਨ ਤਾਂ ਡਿੱਗੇ ਆ ਪਏ ਨੇ, ਮੈਂ ਕੁਛ ਨਹੀਂ ਇੱਥੇ ਕੋਈ ਚੀਜ਼ ਨੂੰ ਲੈ ਕੇ ਆਇਆ ਜਾਂ ਚੇਂਜ ਕੀਤਾ, ਹੇਅਰ ਵੀ ਗੋ। ਦੇਖੋ ਤੁਸੀਂ ਸਾਰੇ ਇੰਨੇ ਕੁ ਪੜ੍ਹੇ ਲਿਖੇ ਹੋ ਕਿ ਰਮਨ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਪੜ੍ਹਾਈਆਂ, ਲਾਈਕ ਕਲੈਪਰ ਅਤੇ ਪੈਸੈਂਜਰ ਪਹਿਲਾਂ ਕੀਵਰਡ ਸੀ ਅਤੇ ਐਂਸਰ ਤੁਹਾਨੂੰ ਪਤਾ ਹੀ ਹੈ ਕੀ ਨਿਕਲਿਆ ਸੀਗਾ। ਉਹ ਕਹਿੰਦੇ ਸੀ ਵੀ ਇਹਦਾ ਮੇਨ ਕੰਮ ਪੈਸੈਂਜਰ ਨੂੰ ਲੈ ਕੇ ਜਾਣਾ, ਐਂਸਰ ਤੁਹਾਨੂੰ ਪਤਾ, ਮੈਂ ਅੱਗੇ ਲਾਊਂਗਾ ਵੀਡੀਓ ਤਾਂ ਕਰਕੇ ਮੈਂ ਦੱਸ ਨਹੀਂ ਰਿਹਾ। ਕੱਟੀ ਸਾਰਕ ਨਾਮ ਜਿਹੜਾ ਕੱਟੀ ਸਾਰਕ ਨੇ ਪੋਇਮ ਨੂੰ ਦਿੱਤਾ ਸੀ ਤੁਹਾਨੂੰ ਪਤਾ ਲੱਗਿਆ ਸੀ ਵੀ ਨਹੀਂ ਦਿੱਤਾ ਸੀਗਾ ਜਾਂ ਦਿੱਤਾ ਸੀਗਾ। ਜੌਨ ਗਿਲੀ ਸੱਚੀ ਚਾਹੁੰਦਾ ਸੀਗਾ ਯੂਕੇ ਅਤੇ ਚਾਈਨਾ 'ਚ ਤੇਜ਼ੀ ਨਾਲ ਵਪਾਰ ਹੋਵੇ, 5-7 ਦਿਨਾਂ 'ਚ ਤਾਂ ਕੰਮ ਹੋ ਜੇ ਮਾਹੌਲ, ਐਂ ਜਿਹੜੀਆਂ ਚੀਜ਼ਾਂ 15-17 ਸਾਲਾਂ 'ਚ ਨਹੀਂ ਹੁੰਦੀਆਂ ਉਹ 5-7 ਦਿਨਾਂ 'ਚ ਕਹਿੰਦਾ ਹੋਣੀਆਂ ਚਾਹੀਦੀਆਂ ਨੇ, ਇਹ ਮਾਹੌਲ ਹੈਗਾ। ਅਤੇ ਰਹੀ ਗੱਲ ਸਟੀਮ ਸ਼ਿਪ ਲੰਡਨ ਦੇ, ਚਾਈਨਾ ਕਹਿੰਦਾ ਓਸ਼ਨ ਰੂਟ ਤੁਹਾਨੂੰ ਸਿਖਾਇਆ ਸੀ ਵੀ ਕਿਹੜਾ ਆਂਸਰ ਆਇਆ ਸੀ ਇਹਦਾ, ਅਤੇ ਲਾਸਟ ਹੈ ਵੁੱਡਗਟ ਨੇ ਕੀ ਰਿਸਕ 'ਚ ਪਾਇਆ ਸੀ। ਜਾਣਨ ਦੇ ਲਈ ਦੇਖੋ ਮੇਰਾ ਵੀਡੀਓ, ਦੇਖ ਲਈਓ ਖਾਸ ਮੂੰਹ, ਮੈਂ ਲਾਸਟ ਗੱਲ ਨੂੰ ਪੈਕ ਕਰਦਾ। ਪਰ ਇੱਕ ਗੱਲ ਪਹਿਲਾਂ ਇੱਕ ਵਾਰ ਦੱਸਦਾ, 9988877 8986 ਹੋ ਜਾ 8986 ਅਤੇ ਜੇ ਕਹੇ ਨੇ ਵੀ ਔਨਲਾਈਨ ਮੇਰੀਆਂ ਕਲਾਸਿਸ ਲੈਣੀਆਂ ਨੇ, ਮੇਰੇ ਅਸਿਸਟੈਂਟ ਨੂੰ ਮੈਸੇਜ ਕਰ ਲਿਓ, ਮੇਰੇ ਨਾਲ ਗੱਲ ਕਰਨੀ ਹੋਈ ਉਹ ਵੀ ਕਰਵਾ ਦੂਗਾ, ਅਤੇ ਬੇਬੀ ਕੋ ਡੈਫੀਨੇਟਲੀ ਡਾਊਨਲੋਡ ਕਰ ਲਿਓ। ਮੈਂ ਇੱਕ ਜਗ੍ਹਾ 'ਤੇ ਨਾ ਖੜ ਕੇ ਪੂਰਾ ਰੌਲਾ ਪਾ ਰਿਹਾ ਸੀਗਾ, ਅਤੇ ਮੈਂ ਕਿਹਾ ਵੀ ਤੁਹਾਨੂੰ ਪਤਾ ਵੀ ਮੈਂ ਜਿਹੜੀਆਂ ਔਨਲਾਈਨ ਵੀਡੀਓਜ਼ ਅਪਲੋਡ ਕਰਦਾ ਮੈਂ ਇਹਦੇ ਪੈਸੇ ਨਹੀਂ ਲੈਂਦਾ ਹੈਗਾ, ਹੈ ਨਾ, ਮੈਂ ਫਰੀ ਪੜ੍ਹਾਉਣਾ। ਇੱਕ ਬਾਬਾ ਸੀ ਉਹ ਪਤਾ, ਉਹ ਵੀ ਯੂਟਿਊਬ ਪਰ ਤੀ ਕਹਿੰਦਾ ਫਿਰ ਅਮਰੀਕਾ ਤੋਂ ਤਾਂ ਤੈਨੂੰ ਪੈਸੇ ਆਉਂਦੇ ਹੋਣੇ ਨੇ। ਮੈਂ ਕਿਹਾ ਜੀ ਫਰੀ ਹੈ ਬਸ ਗੱਲ ਕਰਦਾ, ਤੁਸੀਂ ਹੋਰ ਪਾਸੇ ਨਾ ਜਾਓ, ਠੀਕ ਹੈ। ਵੀਡੀਓ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੀਓ, ਅਤੇ 1 ਮਿਲੀਅਨ ਹੋਣ ਵਾਲੇ ਨੇ, ਸਿਲਵਰ ਦੀ ਜਗ੍ਹਾ 'ਤੇ ਗੋਲਡ ਫੜਾ ਦਿਓ ਤੁਹਾਡੇ ਭਰਾ ਨੂੰ, ਅਤੇ ਲਵ ਯੂ ਸਾਰਿਆਂ ਨੂੰ, ਠੀਕ ਹੈ। ਕੋਈ ਗਲਤੀ ਹੋਈ ਹੋ ਮਾਫ਼ ਕਰੀਓ। ਥੈਂਕ ਯੂ ਵੈਰੀ ਮੱਚ, ਟੇਕ ਕੇਅਰ, ਗੁੱਡ ਬਾਏ, ਨਵੇਂ ਵੀਡੀਓ ਨਾਲ ਮਿਲੂੰਗਾ। ਥੈਂਕ ਯੂ ਵੈਰੀ ਮੱਚ।